ਤੈਨੂੰ ਕੀ ਪ੍ਰੋਬਲਮ ਹੈ ਹੁਣ ਤੂੰ ਦੱਸ ਮਿੰਜੋ ਸਰਦਾਰਾ ਬਿਲਕਾ ਕੁੱਟਿਆ ਕਿੰਨੇ ਕੁੱਟਿਆ ਤੈਨੂੰ ਉਹ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਲਓ ਜੀ ਅੰਬਰਾਂ ਤੇ ਲਾਉਣੀਆਂ ਉਡਾਰੀਆਂ ਫੁੱਲ ਕੋਈ ਸਰੋਂ ਦਾ ਲੈ ਗਿਆ ਗੁੱਡ ਦਾ ਮੈਂ ਰਹਿ ਗਿਆ ਕਿਆਰੀਆਂ ਨੀ ਬਾਗੀ ਕਬੂਤਰੀ ਹੈ ਕਰਚਾਂ ਚੱਲਣੀਆਂ ਬਾਬਾ ਕਰਚਾਂ ਵੱਢ ਕੇ ਰੱਖ ਦੇਣਾ ਵੱਢ ਕੇ ਅੱਛਾ ਤੈਨੂੰ ਪਤਾ ਮਾਰਕੀਟ ਚ ਕਰਚਾਂ ਚੱਲਣੀਆਂ ਤੇਰੇ ਵਰਗੇ ਮੂੰਹ ਨੀ ਚੱਲਣੇ ਕਦੀ ਵੀ ਕੌਣ ਆ ਤੂੰ ਆ ਕੇ ਕਰਚਾਂ ਵੇਚਣ ਲੱਗ ਦੀਛਾ ਦਾਤਰ ਬਾਬਾ ਦੀਛਾ ਦਾਤਰ ਨਾ ਚੱਲਦਾ ਏਰੀਏ ਚ ਪੂਰਾ ਉਹ ਸ਼ਕਲ ਤੇਰੇ ਅੱਧੇ ਕੁਆਟਰ ਚਿੱਟੀ ਆ ਤੇ ਤੂੰ ਕਿਹੜੇ ਹਿਸਾਬ ਨਾਲ ਦੀਸ਼ਾ ਦਾਤਰ ਜਿੱਥੋਂ ਮਰਜ਼ੀ ਵੰਗਾ ਚੜਵਾ ਲਈ ਨੀ ਮਿੱਤਰਾਂ ਦਾ ਨਾਂ ਚੱਲਦਾ ਵਾਹ 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 ਮੂੰਹ ਨੀ ਚੱਲਦਾ ਸਿਰਫ ਨਾਂ ਹੀ ਚੱਲਦਾ ਇਹ ਪਾਊਗਾ ਹੁਣ ਇਹ ਨੀ ਮੇਰੇ ਤੋਂ ਡਰਿਆ ਮੈਨੂੰ ਐਂ ਕੋ ਲੱਗਦਾ ਸਿਰਫ ਤੇਰੀ ਕੁੜੀਆਂ ਦਾ ਟਰੱਕ ਚੱਲਦਾ ਹੋਏਗਾ ਨਾਂ ਨੂੰ ਤੇ ਘੱਟ ਹੀ ਲੱਗਦਾ ਯਾਰ ਫੀਲ ਆ ਨਹੀਂ ਰਹੀ ਮੈਨੂੰ ਵਾਲੀ ਕੁੜੇ ਕੁੜੇ ਕੌਣ ਹੁੰਦਾ ਜੀ ਉਹ ਕੁੜੇ ਨਹੀਂ ਕੂੜਾ ਮੈਂ ਦੱਸਦਾ ਉਹ ਚਾਪੋ ਚ ਪਿੱਛੋ ਜਿਹਦੇ ਉੱਤੇ ਲਿਖਿਆ ਹੁੰਦਾ ਨਗਰ ਨਿਗਮ ਓਏ ਮੈਂ ਪੁੱਤਰ ਸੋਨੂ ਨਿਗਮ ਤੋਂ ਚਪੇੜਾ ਪਵਾਣੀ ਹੈ ਤੈਨੂੰ ਨਗਰ ਨਿਗਮ ਹੈ ਤੇਰੇ ਅਰਗੇ ਡੌਨ ਨੀ ਬੇਟਾ ਤੇਰੇ ਅਰਗੇ ਬੱਸ ਦੇ ਸਕੂਟਰ ਤੋਂ ਹਾਰਨ ਤੋਂ ਡਰ ਜਾਂਦੇ ਆ ਵੱਡਾ ਤੂੰ ਡੌਨ ਲੈ ਕਰ ਗੱਲ ਹੁਣ ਹਾਂ ਨਹੀਂ ਇਹਲਾ ਗੇਮ ਖੇਡ ਰਿਹਾ ਮੈਂ ਜੀ ਬਸ ਬਹੁਤ ਅੱਛੇ ਜਦੋਂ ਦੋ ਪੈ ਜਾਂਦੀਆਂ ਕੰਨਾਂ ਤੇ ਉਦੋਂ ਗੇਮ ਖੇਡਣ ਲੱਗ ਪੈਂਦਾ ਉਹ ਤੂੰ ਗੱਲ ਕਰ ਤੇਰੇ ਮਹੱਲੇ ਦਾ ਹੀ ਇੱਕ ਤੂੰ ਆਪ ਕਾਲਾ ਉਹ ਤੋਂ ਕਾਲਾ ਟਿੱਕਾ ਲਾ ਕੇ ਆਗਾ ਮਰ ਜਾਣਾ ਓਏ ਆ ਨਹੀਂ ਤੈਨੂੰ ਸ਼ਰਮ ਆਈ ਓਏ ਇਹ ਕੀ ਕੀਤਾ ਤੂੰ ਏ ਬਾਬਾ ਖਾਨਦਾਨੀ ਤਿਲਕਾ ਖਾਨਦਾਨੀ ਬਾਬਾ ਗਿਆ ਤੇ ਤੈਨੂੰ ਬਾਬਾ ਕੀ ਹੁੰਦਾ ਓਏ ਜੈ ਰਾਧਾ ਮਾਦੀ ਓਏ ਤੈਨੂੰ ਕੀ ਲੱਗਦਾ ਤੂੰ ਕੀ ਕਰਨਾ ਹੈ ਤੇ ਕੀ ਕਰਕੇ ਜਾਏਂਗਾ ਬਾਬਾ ਰਿਪੋਰਟ ਦਿਖਾਉਣਾ ਓਏ ਬਾਬਾ ਮੈਂ ਨਾਮ ਦਾਨ ਦਿੱਤਾ ਤੈਨੂੰ ਬਾਬਾ ਮਤਲਬ ਉਦਾਂ ਅਸੀਂ ਮੈਂ ਮੇਰਾ ਦਿਮਾਗ ਖਰਾਬ ਹੋਇਆ ਨਾ ਮੈਂ ਦੰਦਾ ਏ ਮਾਰੀ ਦਿੱਤਾ ਮਾਰੀ ਦਿੱਤਾ ਤੂੰ ਵਿੱਚ ਕਿਥੋਂ ਆਂਡਿਆ ਓ ਬੱਬਾ ਦਾਰਾ ਬਾਈ ਨੂੰ ਜਾਣਾ ਛੱਬੀ ਨੂੰ ਆਣਾ ਬਾਈ ਨੂੰ ਨਹੀਂ ਜਾਣਾ ਛੱਬੀ ਨੂੰ ਨਹੀਂ ਆਣਾ ਜਾਣ ਤੋਂ ਆਣਾ ਜਾਣ ਤੋਂ ਜਾਣਾ ਨਹੀਂ ਓ ਯਾਰ ਤੂੰ ਕੀ ਚਾਹਨਾ ਯਾਰ ਇੱਕ ਤੇ ਮੈਂ ਇਹ ਆ ਸਾਡੇ ਥਾਣੇ ਨੂੰ ਕੀ ਹੋ ਗਿਆ ਕਿਤੇ ਨਜ਼ਰ ਤੇ ਨਹੀਂ ਲੱਗੀ ਪਹਿਲੇ ਇੱਕ ਇੱਕ ਨਹੀਂ ਆ ਤੂੰ ਦੋ ਦੋ ਆਂਦੇ ਉਹ ਵੀ ਇਕੱਠੇ ਬਾਬਾ ਕਰਜਾ ਚੱਲਣੀਆਂ ਇਹ ਬੰਦਾ ਹੈ ਕੌਣ ਆ ਕੱਟੇ ਦੀ ਧੁੰਨੀ ਵਰਗਾ ਮੂੰਹ ਇਹਦਾ ਇਧਰ ਆ ਓਏ ਇਧਰ ਆ ਮੈਂ ਸੌਰੀ ਇਹਨੂੰ ਮਾਰ ਨਹੀਂ ਰਿਹਾ ਸਿਰਫ ਇਹਨੂੰ ਇਹ ਪੁੱਛ ਰਿਹਾ ਕਿ ਜਾਂ ਤੇ ਇਹ ਅੰਨਾ ਤੇ ਜਾਂ ਇਹਨੂੰ ਦਿਖਦਾ ਨਹੀਂ ਗੱਲ ਤੇ ਸੇਮ ਹੀ ਹੈ ਓਏ ਤੈਨੂੰ ਮੈਂ ਦੇਖਦਾ ਮੈਂ ਬਾਬਾ ਦੇਖਣ ਦਾ ਤੈਨੂੰ ਇਹ ਨਹੀਂ ਅਠਾਣੇ ਦੀ ਉਸਤਾਦ ਇਹ ਸਾਡਾ ਉਸਤਾਦ ਹੁਣ ਮੈਂ ਤੈਨੂੰ ਢੋਲਕੀ ਸਿਖਾਤੀ ਬਣਾ ਰੇ ਢੋਲਕੀ ਸਾਡਾ ਤੂੰ ਬਾਬਾ ਵਾਲ ਬਣਾ ਕੇ ਜੜੀ ਚਿੱਟੀਆਂ ਥੋੜੇ ਕੀਤੇ ਸਾਨੂੰ ਬਾਬਾ ਕਿਸੇ ਤੈਨੂੰ ਪਤਾ ਤੂੰ ਜਿੰਨੀ ਵਾਰੀ ਵੀ ਇੱਧਰ ਬੋਲੇ ਤੇਰਾ ਮੂੰਹ ਹੀ ਨਹੀਂ ਦਿਸਦਾ ਉੱਧਰ ਇਹ ਤਾਂ ਗੱਲ ਰਾਜੀ ਹੈ ਕਿ ਰਾਜੀ ਤਾਂ ਫਿਰ ਹੋਣੀ ਹੈ ਜਦੋਂ ਰਾਜੀ ਹਾਂ ਚਲੋ ਉਸਤਾਦ ਕਰਚਾ ਚੱਲਣੀਆਂ ਵੱਢ ਕੇ ਰੱਖ ਦੇਣਾ ਉਹ ਕਰਚਾ ਨੇ ਕੀ ਅੱਜ ਚੱਲਣਾ ਸ਼ੁਰੂ ਕੀਤਾ ਚੈਨੀ ਛੱਡ ਦੋ ਹੈ ਚੈਨੀ ਨੂੰ ਹੱਥ ਪੈ ਗਿਆ ਸੀ ਬਾਬਾ ਕਰਚਾ ਚੱਲ ਜਾਣੀਆਂ ਉਹ ਚੈਨੀ ਨੂੰ ਹੱਥ ਪੈ ਗਿਆ ਤੈਨੂੰ ਪਤਾ ਮੈਂ ਥੋੜੀ ਮੂੰਹ ਚ ਹੱਥ ਪਾ ਕੇ ਦਿਲ ਵੀ ਕੱਢ ਲੈਣਾ ਤੁਹਾਨੂੰ ਪਤਾ ਉਸਤਾਦ ਤੁਹਾਡੇ ਵਰਗੇ ਬੰਦੇ ਕਦੇ ਚੈਨ ਨੂੰ ਹੱਥ ਨਹੀਂ ਪਾਉਂਦੇ ਟ੍ਰੇਨ ਦੀ ਨੂੰ ਤੇ ਤੁਸੀਂ ਅੱਜ ਮੇਰੀ ਗੱਲ ਦੀ ਚੈਨ ਨੂੰ ਹੱਥ ਪਾ ਲਿਆ ਤੇ ਮੈਂ ਟ੍ਰੇਨ ਦੀ ਚੈਨ ਨੂੰ ਹੱਥ ਪਾਣਾ ਵੀ ਕਈ ਵਾਰੀ ਐਮਰਜੈਂਸੀ ਪੈ ਜਾਂਦੀ ਹੈ ਕਰਚਾ ਚੱਲਣੀਆਂ ਬਾਬੇ ਜਨਾਬ ਅੱਛਾ ਤੈਨੂੰ ਪਤਾ ਜਿਹੜੀ ਕਰਚਾ ਚੱਲਣੀਆਂ ਚੱਲਣੀਆਂ ਕਿੱਥੇ ਐ ਚੱਲਣੀਆਂ ਪੁੱਤਰ ਤੇਰੀ ਪਿੱਠ ਤੇ ਉਹ ਵਿਆਹਾਂ ਸ਼ਾਦੀਆਂ ਦੇ ਵੀ ਚੱਲਦੀਆਂ ਬਾਬੇ ਖੀਰੇ ਵੱਢਣ ਵਾਸਤੇ ਵੈਸੇ ਸਹੀ ਮੈਨੇ ਦੱਸਾਂ ਪਹਾੜੀ ਖੀਰੇ ਵਰਗਾ ਮੂੰਹ ਹੈ ਕਦੇ ਪਹਾੜਾ ਤੋਂ ਤਾਂ ਨਹੀਂ ਆਇਆ ਬੰਦਾ ਯਾਰ ਤੂੰ ਕਿਦਾਂ ਪਛਾਣਿਆ ਯਾਰ ਲੈ ਵੀ ਤੁਹਾਨੂੰ ਦੱਸ ਉਹ ਯਾਰ ਤੇਰਾ ਹੱਲਾ ਹੈ ਵੀ ਅੱਛਾ ਖੀਰਾ ਵੀ ਉਹ ਜਿਹਦੀ ਝੱਗ ਪਹਿਲੇ ਕੱਢੀ ਹੋਈ ਆ ਬਸ ਹੋਰ ਨਹੀਂ ਕੱਢ ਦਿੰਦੇ ਪਹਿਲੇ ਮਿੰਜੋ ਬੰਦਾ ਵਧੀਆ ਲੱਗਾ ਹਾਂ ਮਿੰਜੋ ਲੱਗਦਾ ਇਹ ਮਦਦ ਕਰਨ ਵਾਲਾ ਬੰਦਾ ਇਹਨੂੰ ਲੈ ਜਾਂਦਾ ਕੁਟਾਈ ਦਿੰਦਾ ਉਹ ਤੇ ਇਹ ਦੇਖ ਲੈ ਕਿਤੇ ਇਹ ਤੇ ਨਹੀਂ ਨਾਲ ਉਹਨਾਂ ਦੇ ਉਹ ਬਾਬਾ ਇਹੋ ਜਿਹੇ ਬੰਦੇ ਨਾ ਬੇਟਾ ਇੱਕ ਗੱਲ ਸੁਣ ਲੈ ਹੁਣ ਜੇ ਤੂੰ ਮੈਨੂੰ ਬਾਬਾ ਕਿਹਾ ਨਾ ਸੌਣ ਲੱਗੇ ਮੈਂ ਨਹੀਂ ਪੁੱਛਣਾ ਫਿਰ ਕਿਸੇ ਸ਼ਾਬਾਸ਼ 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 ਇਹ ਸ਼ਾਬਾਸ਼ ਉਹਨਾਂ ਨੂੰ ਵੀ ਦੇ ਆਣੀ ਹੈ ਜਿਹਨਾਂ ਨੇ ਤੇਰੇ ਧਰੀਆਂ ਆਪ ਤੇ ਕੁਛ ਹੋਇਆ ਨਹੀਂ ਉਹਨਾਂ ਨੂੰ ਸ਼ਾਬਾਸ਼ ਸ਼ਾਬਾਸ਼ ਦੇ ਦੇ ਸ਼ਾਬਾਸ਼ ਦੇ ਪੁੱਤਰ ਮੈਨੂੰ ਲੱਗਦਾ ਤੈਨੂੰ ਕੁੱਟ ਵੀ ਤਾਂ ਹੀ ਪਈ ਆ ਉਹ ਚਪੇੜਾ ਮਾਰਨ ਨੇ ਹੋਣੇ ਤੇ ਤੁਹਾਨੂੰ ਕਹਿੰਦੇ ਸ਼ਾਬਾਸ਼ ਸ਼ਾਬਾਸ਼ ਉਹ ਬੱਲੇ ਉਹ ਤੁਹਾਡੇ ਸ਼ਾਬਾਸ਼ ਉਹ ਕਹਿੰਦੇ ਠੀਕ ਹੈ ਸ਼ਾਬਾਸ਼ ਮੰਡੀ ਧਰੋ ਹੋਰ ਇਹੀ ਹੋਇਆ ਤਰਨ ਹਾਂਜੀ ਉਸਤਾਦ ਜੀ ਬੋਲੋ ਇਦਾਂ ਨਹੀਂ ਉਸਤਾਦ ਤੂੰ ਕੀ ਕੀ ਇਹ ਕੋ ਕੈਲੰਡਰੀ ਸਿੱਖੀ ਉਹ ਸਰ ਸਾਡਾ ਟਾਕ ਟੂ ਲੇਟਰ ਹੁੰਦਾ ਆ ਮਤਲਬ ਬੋਲਣ ਦਾ ਸਟਾਈਲ ਬੋਲਣ ਦਾ ਸਟਾਈਲ ਟਾਕ ਮੇਰੀ ਹਾਂ ਗੱਲਾਂ ਨਾ ਸੁਣਿਆ ਇਹ ਨਾ ਹੈ ਮੇਰੀ ਗੱਲ ਸੁਣਿਆ ਕਿ ਨਾ ਕੀ ਗੱਲ ਅੱਛਾ ਯਾਰ ਮੈਂ ਇੱਕ ਮਿੰਟ ਹੋਏ ਯਾਰ ਤੁਸੀਂ ਮੈਨੂੰ ਕਨਫਿਊਜ਼ ਕਿਉਂ ਕਰਨ ਦੇ ਇੱਕ ਮਿੰਟ ਚਾ ਚੱਲਣੀਆਂ ਬਾਬੇ ਕਰਚਾ ਗੱਲ ਕਰ ਗੱਸ ਤੂੰ ਪਹਿਲਾਂ ਗਿਰਚਾ ਚਲਾ ਲਾ ਚੱਲ ਹੈ ਨਹੀਂ ਹੁਣ ਮੇਰੇ ਕੋਲ ਇੱਕ ਚੱਲ ਚੱਲ ਜਾਣੀਆਂ ਗਿਰਚਾ ਚੱਲੀ ਜਾਣੀਆਂ ਹੌਲੀ ਹੌਲੀ ਚੱਲਣੀਆਂ ਇੰਨੀ ਤੇਜ਼ ਨਹੀਂ ਚੱਲਣੀਆਂ ਉਹ ਮੇਰੀ ਗੱਲ ਸੁਣ ਭਾਈ ਸਭ ਤੋਂ ਪਹਿਲੇ ਤਾਂ ਯਾਰ ਤੂੰ ਮੈਨੂੰ ਇਹ ਦੱਸ ਤੂੰ ਬੜੀ ਤੈਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਹਿਮਾਚਲ ਆ ਨਾ
ਮੈਨੂੰ ਬੜਾ ਅੱਛਾ ਲੱਗਦਾ, ਮੈਂ ਆਪ ਬਹੁਤ ਉੱਥੇ ਜਾਣਾ, ਤੇਰੇ ਨਾਲ ਬੇਟਾ ਬਾਅਦ 'ਚ ਗੱਲ ਕਰਾਂਗਾ। ਅਤੇ ਮੈਂ ਮੈਨੂੰ ਜਿਹੜੇ ਹਿਮਾਚਲੀ ਸੌਂਗ ਹੈ ਨਾ ਉਹ ਬੜੇ ਸਿਲੇ ਤੇ, ਤੂੰ ਟੈਨਸ਼ਨ ਨਾ ਲੈ, ਮੈਂ ਮੁੰਡਿਆਂ ਦਾ ਪਤਾ ਕਰਨ ਲਾ, ਉਹਨੂੰ ਸ਼ਮਸ਼ੇਰ ਨੂੰ ਫੋਨ ਕਰ, ਉਹਨੂੰ ਤਾਂ 17 ਸੈਕਟਰ ਦੇ ਵਿੱਚ ਜਿਹੜੇ ਉੱਥੇ ਮੰਡੀਰ ਘੁੰਮਣ ਡੇ ਫਾਲਤੂ, ਉਹ ਪਤਾ ਕਰਕੇ ਦੱਸ ਕੇ ਕੋਈ ਲੜਾਈ ਹੋਈ ਹੈ ਤਾਂ ਮੁੰਡੇ ਲੱਭ ਕੇ ਲਿਆ ਫਟਾਫਟ। ਮੈਂ ਕਹਤਾ ਅੱਛਾ ਤੂੰ ਮੈਨੂੰ ਯਾਰ ਕੋਈ ਸ਼ੇਰ ਸ਼ੂਰ ਬੰਦੇ ਪਛਾਣ ਲਏਗਾ, ਮਿੰਜੋ ਪਛਾਣ ਨਹੀਂ ਲੈਣੇ, ਨਹੀਂ ਤੂੰ ਤੁੰਜੋ ਤਾਂ ਪਛਾਣ ਲੈਣਾ, ਇਹ ਨਾ ਹੋਵੇ ਕਿ ਡਰ ਜਾਵੇ ਬਾਅਦ 'ਚ ਕਵੇ ਮੈਨੂੰ ਨਹੀਂ ਪਤਾ ਕੌਣ। ਇੰਜੋ ਹੋ ਹੀ ਸਕਦਾ ਵਾ, ਹੋਣਾ ਨਹੀਂ, ਜੇ ਇੰਜੋ ਹੋਇਆ ਤਾਂ ਫਿਰ ਤੇਰਾ ਪਿੰਜੋ ਹੋ ਜਾਣਾ ਅੰਦਰ, ਪਿੰਜੋ ਨਾ ਜਾਣਾ, ਪਿੰਜੋ ਨਾ ਜਾਣਾ, ਉੱਪਰੀ ਚਲੇ ਜਾਣਾ ਉੱਪਰ ਖੱਡੂ ਪਹਾੜੀ ਨਾ, ਉੱਥਾ ਬਾਈ ਦਮ ਲਾਉਣਾ, ਦਮ ਲਾਉਣਾ ਬੈਠਾ ਆਪਣਾ ਦਮ ਲਾਉਣਾ। ਸ਼ਿਮਲੇ ਦੀ ਚੰਬਾ ਕਿਤਨੂ ਹੀ ਕੁਦੂਰ, ਹਾਏ ਮਾਈ ਕੀ ਬਸ ਚਲਾਉਂਦੀ ਉਹਨੂੰ ਕਿਦਾਂ ਪਤਾ, ਹੌਲੀ ਹੌਲੀ ਬੋਲਣਾ ਜੇ ਤੇਜੂ ਸਮਝਣੀ ਆਉਣਾ, ਇੱਕ ਮਿੰਟ ਗਾਣਾ ਸੁਣ ਲੈ ਪਹਿਲੇ। ਮਾਏ ਨੀ ਮੇਰੀ ਹੈ ਸ਼ਿਮਲੇ ਦੀ ਰਾਈ ਚੰਬਾ ਕਿਤਨੀ ਕੁਦੂਰ, ਆਹਾ ਕਿੰਨੀ ਮਿੱਠੀ ਆਵਾਜ਼ ਹੈ ਸ਼ਿਮਲੇ ਹੌਲੀ, ਕਰਚਾਂ ਚੱਲਣੀਆਂ ਬਾਬੇ ਕਰਚਾਂ, ਹੌਲੀ ਗਾਣੇ ਦੇ ਵਿੱਚ ਨਾ ਚਲਾ ਕਿਰਚਾਂ, ਸੋ ਲੱਗੇ ਟੁੱਟੀ ਕਰਦਰ ਗਾ ਮੂੰਹ ਤੇਰਾ ਤੇ ਤੂੰ ਕਿਰਚਾ ਚਲਾਉਣ ਡਿਆ ਉਦੋਂ ਦੀਆਂ, ਨਾ ਕਰ ਮੇਰਾ ਬੱਚਾ, ਮਰਦ ਕੋ ਕਭੀ ਦਰਦ ਨਹੀਂ ਹੁੰਦਾ, ਤੇ ਮਰਦ ਦੀ ਗੱਲ ਹੈ ਨਾ ਤੇ ਤੂੰ ਤੂੰ ਕੋ ਟੈਨਸ਼ਨ ਲੈਣ ਦੇ ਬੱਚੇ, ਮਰਦ ਨੂੰ ਟੈਨਸ਼ਨ ਲੈਣ ਦੇ ਇਸ ਗੱਲ ਦੀ, ਤੂੰ ਕਿਉਂ ਵਿੱਚ ਪੈਣ ਦੇ, ਇਹ ਤਾਂ ਉਹੀ ਗੱਲ ਹੋਈ ਨਾ ਸਰਦਾਰਾ, ਕਿਹੜੀ ਵੀ 26 ਨੂੰ ਜਾਣਾ 28 ਨੂੰ ਆਣਾ ਨਹੀਂ ਤੇ ਜਾਣਾ ਹੀ ਨਹੀਂ, ਤੇ ਫਿਰ ਤੂੰ 25 ਨੂੰ ਆਏਣਾ ਹੀ, ਉਹ ਤੋਂ ਪਹਿਲਾਂ ਫਰੂਲਾ ਹੋ ਗਿਆ ਕੀ ਹੋਈ ਗਿਆ ਫਲੂਰਾ, ਉਹ ਤੂੰ ਗਾਣਾ ਸੁਣਾ ਰਿਹਾ ਸੀ ਇੰਨਾ ਵਧੀਆ ਯਾਰ, ਇੰਨੀ ਮਿੱਠੀ ਆਵਾਜ਼ ਆ ਤੇਰੀ, ਹੈਂ ਤੂੰ ਬੋਸਣੀਆਂ ਵਿੱਚ ਆ ਕਰ, ਉਹ ਮੈਂ ਹੌਲੀ ਹੌਲੀ ਗਾਣਾ ਨਾ ਤੇਜੂ ਗਾਇ ਕੇ ਆਵਾਜ਼ ਖਰਾਬ ਹੋਈ, ਚਾ ਸੁਣਾ ਸੁਣਾ, ਸ਼ਿਮਲੇ ਨਹੀਂ ਵਸਣਾ ਕਸੋਲੀ ਨਹੀਂ ਵਸਣਾ ਚੰਬੇ ਜਾਣਾ ਜ਼ਰੂਰ ਹੈ, ਸੁਣੀ ਲੈ ਕੇ ਚੱਜ ਲੈਣ ਤੋਂ ਪਹਿਲੇ ਸੁਣੀ ਲੈ, ਲਾਈਆਂ ਮੁਹੱਬਤਾਂ ਦੂਰ ਦਰਾਡੇ, ਲਾਈਆਂ ਮੁਹੱਬਤਾਂ ਦੂਰ ਦਰਾਡੇ, ਅੱਖੀਆਂ ਤੋਂ ਉਹ ਕਸੂਰ ਏ, ਮਾਹੇ ਨੀ ਮੇਰੀ ਏ ਸ਼ਿਮਲੇ ਦੀ ਰਾਹੀ ਚੰਬਾ ਕਿਤਨੀ ਕੁਦੂਰ, ਕਿਲੋ ਕੁ ਮੀਟਰ ਸ਼ਾਬਾਸ਼ੇ ਸ਼ਾਬਾਸ਼ੇ ਸ਼ਾਬਾਸ਼ੇ, ਜੈ ਹਿੰਦ, ਤਾਂ ਚੱਲਣਾ ਹੀ ਹੈ ਤਾਂ ਸਿਲੰਡਰ ਹੀ ਭਰਾ ਲਿਆ ਉਹਦੇ ਲਈ ਸ਼ਾਬਾਸ਼ ਦੇ ਦੇਵਾਂਗੇ, ਤੇ ਹੌਲੀ ਚੱਲਦੇ ਨਾ ਹੌਲੀ ਚੱਲਦੇ ਫਿਰ ਵੱਟਾਂ ਦਰਦ ਪਈ ਜਾਂਦੀ ਨਾ, ਗਾਣਾ ਯਾਰ ਤੂੰ ਅੱਛਾ ਗਾਣਾ ਬਹੁਤ ਅੱਛਾ ਗਾਣਾ ਬਈ, ਹਾਂ ਵੀ ਹੁਣ ਇਹ ਦੱਸ ਤੂੰ ਕੌਣ ਉਸਤਾਦ, ਨਾ ਦੀਛਾ ਦਾ ਤੇਰੇ ਪਹਿਲਾਂ ਵੀ ਦੱਸਿਆ, ਫਿਰ ਉਸਤਾਦ ਫਿਰ ਉਸਤਾਦ ਨਾ, ਓ ਜਾ ਉਸਤਾਦ ਫਿਰ ਉਸਤਾਦ, ਤੇ ਫਿਰ ਉਹੀ ਗੱਲ ਰਿਪੀਟ, ਦਾਤੀ ਦਾਤੀ ਦਾਤਰ ਕਿਰਚ ਕਿਰਚ ਸੌਰੀ ਸੌਰੀ, ਅੱਛਾ ਤੂੰ ਇਹ ਹੁਣ ਦਾਤੀ ਚੱਲੇਗੀ ਦਾਤੀ, ਬਟ ਪੁੱਤਰ ਮੈਨੂੰ ਤੇਰੇ ਸ਼ਗਲ ਦੇਖ ਕੇ ਲੱਗਦਾ ਕਿ ਤੇਰਾ ਕੋਈ ਸਾਗ ਸੂਗ ਦਾ ਕੰਮ ਹੈ, ਉਹਦੇ ਚ ਤੂੰ ਦਾਤੀ ਚ ਸਾਗ ਕੱਟਣਾ ਤਾਂ ਕਿਰਚ ਆਵੇ, ਫਿਰ ਸਾਗ ਤੋਂ ਮੈਨੂੰ ਗੱਲ ਚਿੱਤੇ ਆ ਗਈ, ਕਿਹੜੀ, ਮੈਂ ਮੰਮੀ ਜੀ ਕੋਲ ਗਈ ਸੀ ਹੈ ਨਾ, ਹਾਂ ਉੱਥੇ ਸਿਰ ਪਤਾ ਕੀ ਹੋਇਆ ਇੱਕ ਦਿਨ, ਹਾਂ ਮੈਂ ਤਾਂ ਮਹਿੰਦੀ ਦੇ ਭੁਲੇਖੇ ਖਾ ਗਈ ਸਾਗ ਵੇ, ਮੈਂ ਤਾਂ ਮਹਿੰਦੀ ਦੇ ਭੁਲੇਖੇ ਸਾਗ ਛੱਕਿਆ, ਸਾਰਾ ਘਰ ਰਹਿ ਗਿਆ ਹੱਕਿਆ ਬੱਕਿਆ, ਮੰਮੀ ਜੀ ਨੇ ਮੇਰੇ ਵੱਲ ਤੱਕਿਆ ਤੇ ਮੰਮੀ ਮੇਰੀ ਹੱਸਦੀ ਰਹੀ, ਤੇ ਮੰਮੀ ਮੇਰੀ ਹੱਸਦੀ ਰਹੀ, ਅੱਛਾ ਉਸ ਦਿਨ ਤੋਂ ਬਦਲ ਲਈ ਰਾਗ ਮੈਂ, ਫਿਰ ਖਾਣਾ ਬੰਦ ਕਰ ਦਿੱਤਾ ਸਾਗ ਮੈਂ, ਉਸ ਦਿਨ ਤੋਂ ਬਦਲ ਲਈ ਰਾਗ ਮੈਂ, ਫਿਰ ਖਾਣਾ ਬੰਦ ਕਰ ਦਿੱਤਾ ਸਾਗ ਮੈਂ, ਫਿਰ ਖਾਣਾ ਬੰਦ ਕਰ ਦਿੱਤਾ ਸਾਗ ਮੈਂ, ਘਰ ਵਿੱਚ ਪਿਆ ਸੀਗਾ ਸਾਗ ਟੱਕਿਆ, ਘਰ ਵਿੱਚ ਪਿਆ ਸੀਗਾ ਸਾਗ ਟੱਕਿਆ, ਮੈਂ ਤੇ ਟੱਕਣ ਵੀ ਉਸਦਾ ਨਾ ਟੱਕਿਆ, ਤੇ ਮੰਮੀ ਮੇਰੀ ਤੱਕਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ, ਇਹ ਪੁੱਤਰ ਐਂਡ ਤੇ ਕੀ ਤੂੰ ਕਿ ਡੀਜ਼ਲ ਪੀ ਲਿਆ, ਇੰਦੋ ਬਾਦ ਨਾ ਸ਼ਾਬਾਸ਼ੇ ਸ਼ਾਬਾਸ਼ੇ ਸ਼ਾਬਾਸ਼ੇ, ਇੰਜੋ ਕਰੀ ਜਣਾ ਮਜਾ ਆ ਜਣਾ, ਆਡੀਅੰਸ ਤੇ ਤਾਲੀਆਂ ਵਜਾਈ ਤੇ, ਮੈਂ ਤੁਹਾਡੀ ਕੋਮ ਪਾੜ ਚ ਆਈ ਆ, ਪੁੱਤਰ ਪਹਾੜਾ ਚ ਆਏ ਨੀ ਤੇ ਜਾਏ ਵੀ ਨਾ, ਤੂੰ ਕਿ ਤੇਰੇ ਵਰਗੇ ਪਹਾੜੀ ਸੱਪ ਹੁੰਦੇ ਉੱਥੇ, ਹਾਏ ਤੁਹਾਡੀ ਮੁੱਛਾਂ ਨੂੰ ਪਹਾੜੀ ਘੋੜੇ ਨੇ ਚੱਟਿਆ ਸੀ ਜਿਹਦੇ ਕਰਕੇ, ਹਾਂ ਇਹ ਲੱਗਦਾ ਵੀ ਆ ਥੋੜਾ ਜਿਹਾ ਯਾਰ, ਇਹ ਇੰਜੋ ਉੱਪਰ ਤੇ ਘੱਟੀ ਕਿੱਥੇ ਲੈ ਲਾਇਆ ਕਿ ਲੈ ਰੂੜਾ ਹੀ ਦੇਦਾ,
ਪਤਾ ਨਹੀਂ ਜਿਹੜੀ ਗੱਲ ਨਹੀਂ ਹੁੰਦੀ ਤੂੰ ਲਿਖ ਕੇ ਦੱਸ ਦਿਆ ਕਰ ਸਾਨੂੰ।